ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਟੀਮ ਪੈਲ ਹਲਕੇ ਦੇ ਵਿੱਚ ਪੈਲ ਸ਼ਹਿਰ ਦੇ ਵਿੱਚ ਪਹੁੰਚੀ ਹੋਈ ਹੈ ਜੀ। ਲੁਧਿਆਣੇ ਜ਼ਿਲ੍ਹੇ ਦਾ ਇਹ ਕਸਬਾ ਵਾ ਪੈਲ, ਅਤੇ ਇਹ ਬਾਬਾ ਜੀ ਜਿਹੜੇ ਕਿ ਤੁਸੀਂ ਬੈਠੇ ਦੇਖ ਰਹੇ ਹੋ, ਇਹਨਾਂ ਦੀ ਹਾਲਤ ਆ ਜਿਹੜੀ ਤੁਸੀਂ ਸਾਰੇ ਦੇਖਦੇ ਹੋ। ਸਾਰੇ ਆਲੇ ਦੁਆਲੇ ਸਾਡੇ ਆਲੇ ਦੁਆਲੇ ਦੇ ਵੀਰ, ਮੁਹੱਲੇ ਦੇ ਨਿਵਾਸੀ ਸਾਰੇ ਖੜ੍ਹੇ ਆ ਵੀਰ, ਅਤੇ ਭੈਣਾਂ ਖੜ੍ਹੀਆਂ ਨੇ ਸਾਡੇ ਕੋਲ। ਇਹ ਭੈਣ ਜੀ ਹੋਣੀ ਆ ਸਾਡੇ ਕੋਲ, ਸੁਖਵਿੰਦਰ ਕੌਰ ਭੈਣ ਜੀ ਤੁਹਾਡਾ ਨਾਮ? ਸੁਖਵਿੰਦਰ ਕੌਰ। ਇਹ ਭੈਣ ਜੀ ਨੇ ਸਾਨੂੰ ਬਾਬਾ ਜੀ ਦੇ ਬਾਰੇ ਇਨਫੋਰਮ ਕੀਤਾ ਵੀ, ਫੋਟੋਆਂ ਸੈਂਡ ਕੀਤੀਆਂ ਸੀਗੀਆਂ ਵੀ ਬਾਬਾ ਜੀ ਬੜੀ ਮਾੜੀ ਹਾਲਤ ਦੇ ਵਿੱਚ ਇੱਥੇ ਬੈਠੇ ਆ। ਅਤੇ ਕਹਿਣ ਨੂੰ ਤਾਂ ਬਾਬਾ ਜੀ ਪਰਿਵਾਰ 'ਚ, ਜਿਵੇਂ ਕਿ ਸਾਰੀਆਂ ਸੰਗਤਾਂ ਨੂੰ ਪਤਾ ਵੀ ਸਾਡੀ ਸੰਸਥਾ ਜਿਹੜੀ ਪਰਿਵਾਰ ਦੇ ਵਿੱਚ ਹੈਲਪ ਨਹੀਂ ਕਰਦੀ, ਸਿਰਫ ਨਿਵਾਸ ਮੁੰਡਿਆਂ ਦਾ ਇਲਾਜ ਕਰਵਾਉਂਦੇ ਹਾਂ। ਅਤੇ ਇਹ ਵੀਰ ਖੜ੍ਹਾ ਜਿਹੜਾ ਮੁੰਡਾ, ਇਹ ਪ੍ਰਿੰਸ ਆ ਜੀ, ਪੈਲ ਹੋਈਆਂ ਵੀਰ, ਇਹ ਸਾਡੇ ਨਾਲ ਪਿਛਲੇ 8-9 ਮਹੀਨਿਆਂ ਤੋਂ ਜੁੜਿਆ ਹੋਇਆ, ਇਸੇ ਸੰਸਥਾ ਦੇ ਰਾਹੀਂ ਜੁੜੇ ਹਾਂ ਵੀਰ ਨੂੰ। ਇਹ ਵੀਰ ਨੂੰ ਫਿਰ ਅਸੀਂ ਫੋਨ ਕੀਤਾ, ਫੋਟੋਆਂ ਭੇਜੀਆਂ ਪਰਸੋਂ ਵੀ ਵੀਰ ਪਤਾ ਕਰ। ਤਾਂ ਇਹ ਵੀਰ ਪਹਿਲਾਂ ਹੀ ਬਾਬਾ ਜੀ ਨੂੰ ਜਾਣਦਾ ਸੀਗਾ, ਅਤੇ ਬਾਬਾ ਜੀ ਦੀ ਹੈਲਪ ਵੀ ਕਰਦਾ ਰਹਿੰਦਾ ਸੀ, ਅੱਗੇ ਵੀ ਆਉਂਦਾ ਜਾਂਦਾ ਸੀ। ਅਤੇ ਭੈਣ ਜੀ ਬਾਰੇ ਜ਼ਿਕਰ ਕੀਤਾ, ਇਹ ਵੀਰ ਭੈਣ ਜੀ ਦਾ ਸਟੂਡੈਂਟ ਰਿਹਾ ਪਹਿਲਾਂ, ਅਤੇ ਪੜ੍ਹਦਾ ਰਿਹਾ ਇਹਨਾਂ ਤੋਂ ਵੀਰ। ਅਤੇ ਫਿਰ ਇਸ ਇਹਨਾਂ ਦੇ ਜਿਹੜੇ ਉਪਰਾਲੇ ਸਦਕਾ ਸਾਡੀ ਟੀਮ ਨੂੰ ਅੱਜ ਸੇਵਾ ਮਿਲੀ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਵੀ ਅਸੀਂ ਬਾਬਾ ਜੀ ਦੀ ਹੈਲਪ ਲਈ ਅੱਜ ਇੱਥੇ ਪਹੁੰਚੇ ਹਾਂ। ਸਾਡੀ ਟੀਮ ਸਾਰੀ ਇੱਥੇ ਪਹੁੰਚੀ ਹੋਈ ਆ। ਬਾਬਾ ਜੀ ਦੀ ਹਾਲਤ ਅਸੀਂ ਆ ਕੇ ਜਿਹੜੀ ਦੇਖੀ ਆ, ਅਸੀਂ ਸੰਗਤਾਂ ਨੂੰ ਵੀ ਇਹਦੇ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ ਵੀ ਬਾਬਾ ਜੀ ਦੀ ਹਾਲਤ ਬਹੁਤ ਮਾੜੀ ਆ। ਬਾਬਾ ਜੀ ਦੱਸਦੇ ਆ ਵੀ 2 ਬੇਟੇ ਆ, ਇੱਕ ਬੇਟੀ ਆ ਇੱਥੇ, ਅਤੇ ਬੇਟਾ ਇੱਕ ਤਾਂ ਕਿਤੇ ਜੋਬ ਕਰਦਾ ਨੇੜੇ ਕਿਸੇ ਪਿੰਡ 'ਚ ਰਹਿੰਦਾ, ਆਪਦਾ ਵਧੀਆ ਪਰਿਵਾਰ ਦੇ ਵਿੱਚ ਰਹਿੰਦਾ ਵਾ, ਅਤੇ ਇੱਕ ਬੇਟਾ ਬਾਬਾ ਜੀ ਦਾ ਇੱਥੇ ਨਾਲ ਹੀ ਰਹਿੰਦਾ ਵਾ, ਉਹ ਹੁਣ ਗਿਆ ਹੋਇਆ। ਵੈਸੇ ਪ੍ਰਿੰਸ ਨੇ, ਆ ਜਾਓ ਪ੍ਰਿੰਸ ਵੀਰ ਇੱਥੇ ਆ ਜਾ ਮਾੜਾ, ਅਤੇ ਆ ਪ੍ਰਿੰਸ ਵੀਰ ਨੇ ਇਹਨਾਂ ਦੇ ਬੇਟੇ ਨਾਲ ਗੱਲ ਵੀ ਕੀਤੀ ਸੀਗੀ, ਅਤੇ ਉਹਨੇ ਕੱਲ੍ਹ ਬਾਬਾ ਜੀ ਦੇ ਹਾਜ਼ਰੀ ਦੇ ਵਿੱਚ ਪ੍ਰਿੰਸ ਆ ਕੇ ਗੱਲ ਕਰੇਗੀ। ਉਹ ਕਹਿੰਦਾ ਵੀ ਬਾਬਾ ਜੀ ਤੁਸੀਂ ਲਿਜਾ ਸਕਦੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਪਰ ਬਾਬਾ ਜੀ ਦੀ ਹਾਲਤ ਇੰਨੀ ਵਿਆਜ ਨਹੀਂ ਹੈ, ਯਾਨੀ ਕਿ ਇੰਨੇ ਮਾੜੀ ਹਾਲਤ 'ਚ ਆ ਬਾਬਾ ਜੀ ਦਾ ਰਹਿਣਾ ਬਹਿਣਾ। ਤੁਹਾਨੂੰ ਅਸੀਂ ਅੰਦਰ ਵੀ ਦਿਖਾਉਂਦੇ ਹਾਂ ਬਾਬਾ ਜੀ ਕਿਸ ਹਾਲਾਤ 'ਚ ਰਹਿੰਦੇ ਨੇ, ਬਾਬਾ ਜੀ ਦੇ ਬੱਚੇ ਹੋਣ ਦੇ ਬਾਵਜੂਦ ਬਾਬਾ ਜੀ ਦੀ ਕੇਅਰਟੇਕ ਕੋਈ ਨਹੀਂ ਕਰਦਾ, ਬਾਬਾ ਜੀ ਦੀ ਸਾਂਭ ਸੰਭਾਲ ਦਾ ਦੇ ਹਾਲਾਤ ਤੁਸੀਂ ਅੰਦਰ ਆ ਕੇ ਦੇਖ ਸਕਦੇ ਹੋ। ਅਤੇ ਆਹ ਬਾਬਾ ਜੀ ਦਾ ਘਰ ਆ ਛੋਟਾ ਜਿਹਾ ਇੱਕ, ਆਹ ਬਾਬਾ ਜੀ ਦੇ ਬੇਟੇ ਦਾ ਹੈਗਾ ਰੂਮ ਜਿੰਦਾ ਲੱਗਿਆ ਹੋਇਆ ਜਿਹਨੂੰ, ਅਤੇ ਇਹ ਬਾਬਾ ਜੀ ਦਾ ਰੂਮ ਆ ਜੀ, ਅਤੇ ਆਹ ਤੁਸੀਂ ਦੇਖ ਸਕਦੇ ਹੋ ਕਮਰੇ ਦੇ ਹਾਲਾਤ। ਇੱਥੇ ਲਾਈਟ ਨਹੀਂ ਹੈਗੀ, ਅਤੇ ਲਾਈਟ ਦਾ ਕੋਈ ਇੰਤਜ਼ਾਮ ਨਹੀਂ ਹੈਗਾ। ਬਾਬਾ ਜੀ ਆਹ ਪੱਖਾ ਲੱਗਿਆ, ਇਹ ਵੀ ਖੜ੍ਹਾ ਹੀ ਆ ਜੀ, ਚੱਲਦਾ ਨਹੀਂ ਗਾ, ਅਤੇ ਆਹ ਛੱਤ ਜਰ ਜਰ ਕਰ ਰਹੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ, ਬਿਲਕੁਲ ਹੀ ਮਾੜੀ ਹਾਲਤ ਦੇ ਵਿੱਚ ਆ ਛੱਤ। ਅਤੇ ਬਾਬਾ ਜੀ ਦੇ ਹਾਲਾਤ ਆ, ਬਾਬਾ ਜੀ ਦੀ ਇੱਕ ਪੁਰਾਣੀ ਫੋਟੋ ਆ, ਤੁਸੀਂ ਦੇਖ ਸਕਦੇ ਹੋ, ਆ ਜਾਲੇ ਲੱਗੇ ਹੋਏ ਆ, ਅਤੇ ਬਾਬਾ ਜੀ ਦੀ ਫੋਟੋ ਦੇ ਉੱਤੇ ਅਤੇ ਮਾਤਾ ਜੀ ਦੀ ਫੋਟੋ ਦੇ ਉੱਪਰ ਇੰਨੀ ਜ਼ਿਆਦਾ ਮਿੱਟੀ ਜੰਮ ਚੁੱਕੀ ਆ। ਅਸੀਂ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਤਾਂ ਦਿਖਾਉਣਾ ਚਾਹੁੰਦੇ ਹਾਂ ਵੀ ਸਾਰੇ ਵੀਰਾਂ ਭੈਣਾਂ ਨੂੰ, ਪੁਰਾਣੀ ਇੱਟ ਦੀ ਕੰਧ ਦਾ ਕਮਰਾ ਬਾਬਾ ਜੀ ਦਾ, ਅਤੇ ਬਾਬਾ ਜੀ ਆਹ ਕੱਪੜੇ ਜਿਹੜੇ ਕੋਲੇ ਪਏ ਆ ਤੁਸੀਂ ਦੇਖ ਸਕਦੇ ਹੋ, ਉਹੀ ਗੰਦੇ ਕੱਪੜੇ ਉਹਦੇ ਵਿੱਚ ਪੈਂਦੇ ਆ। ਬਾਬਾ ਜੀ ਦਾ ਬਿਸਤਰਾ ਵਾ, ਅਤੇ ਆਹ ਬਾਬਾ ਜੀ ਨੂੰ ਇੱਥੇ ਹੀ ਬਾਬਾ ਜੀ ਆਹ ਪਿਸ਼ਾਬ ਕਰਦੇ ਆ, ਅਤੇ ਆਹ ਦੇਖੋ ਹਾਲਾਤ ਰੂਮ ਦੇ ਉਸੇ ਹਾਲਾਤ, ਯਾਨੀ ਕਿ ਜੀ ਇਨਸਾਨ ਇਸ ਹਾਲਾਤ ਦੇ ਵਿੱਚ ਰਹਿਣ ਲਈ ਮਜਬੂਰ ਹੋਇਆ ਹੋਇਆ ਅੱਜ ਦੇ ਟਾਈਮ ਦੇ ਵਿੱਚ, ਯਾਨੀ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੁਹਾਨੂੰ ਜਿਹੜੇ ਇੱਥੇ ਸਮੈਲ ਆ ਰਹੀ ਆ ਜਾਂ ਜਿਹੜੇ ਹਾਲਾਤ ਆ, ਅਸੀਂ ਤੁਹਾਨੂੰ ਸਿਰਫ ਇੱਕ ਵੀਡੀਓ ਦੇ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਵੀ ਇੰਨੀ ਮਾੜੀ ਹਾਲਤ ਦੇ ਵਿੱਚ ਵੀ ਬੰਦਾ ਸਰਵਾਈਵ ਕਰ ਸਕਦਾ ਵਾ, ਪੰਜਾਬ ਦੇ ਵਿੱਚ ਇੱਦਾਂ ਦੇ ਹਾਲਾਤ ਪੈਦਾ ਹੋਏ ਹੋਏ ਆ। ਅਤੇ ਇਹ ਸਾਡੇ ਟੀਮ ਮੈਂਬਰ ਖੜ੍ਹੇ ਆ, ਅਤੇ ਅਸੀਂ ਆ ਬਾਬਾ ਜੀ ਦੇ ਘਰ ਦੇ ਵਿੱਚ ਆ, ਬਾਬਾ ਜੀ ਦੇ ਭਾਂਡੇ ਦੇਖੋ ਇਸ ਤਰੀਕੇ ਨਾਲ ਲਿਬੜੇ ਪਏ ਆ, ਉੱਦਾਂ ਹੀ ਕੋਈ ਇੰਤਜ਼ਾਮ ਨਹੀਂ ਹੈਗਾ। ਅਤੇ ਆ ਬਾਬਾ ਜੀ ਦੇ ਮਲ ਮੂਤਰ ਕਰਨ ਦੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿੰਨੀ ਮਾੜੀ ਆ, ਉੱਦਾਂ ਹੀ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਪਾਣੀ ਦਾ ਜਾਂ ਹੋਰ। ਅਤੇ ਬਾਬਾ ਜੀ ਦੇ ਹਾਲਾਤ, ਬਾਬਾ ਜੀ ਦੇ ਕਮਰੇ ਦੇ ਵਿੱਚ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ, ਅਤੇ ਬਾਬਾ ਜੀ ਦੇ ਰਹਿਣ ਦਾ ਜਿਹੜਾ ਇੱਕ ਜ਼ਰੀਆ ਆ, ਇੱਕ ਛੱਤ ਆ ਦੋਖਣਾਂ ਦੀ ਜਿਹੜੀ ਕਿ ਬੜੀ ਮਾੜੀ ਹਾਲਤ ਦੇ ਵਿੱਚ ਆ ਜੀ, ਅਤੇ ਕਿਸੇ ਟਾਈਮ ਵੀ ਡਿੱਗ ਸਕਦੀ ਆ। ਅਤੇ ਆਹ ਬਾਬਾ ਜੀ ਦੇ ਹਾਲਾਤ ਆ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਕੁਛ ਗੱਲਾਂ ਹੀ ਹੁਣ ਬਾਬਾ ਜੀ, ਬਾਬਾ ਜੀ ਤੁਹਾਡੇ ਪਰਿਵਾਰ ਦੇ ਜਿਹੜੇ ਮੈਂਬਰ ਆ, ਬੇਟਾ ਜਿਹੜਾ ਤੁਹਾਡੇ ਨਾਲ ਇੱਥੇ ਰਹਿੰਦਾ, ਉਹਨੂੰ ਕੋਈ ਇਤਰਾਜ਼ ਤਾਂ ਨਹੀਂ ਤੁਹਾਨੂੰ ਅਸੀਂ ਲੈ ਕੇ ਜਾਈਏ? ਉਹਨੇ ਕੱਲ੍ਹ ਗੱਲ ਕੀਤੀ ਸੀ ਪ੍ਰਿੰਸ ਨੇ, ਅਤੇ ਉਹ ਐਗਰੀ ਹੋ ਗਿਆ ਸੀ, ਕਹਿੰਦਾ ਵੀ ਲੈ ਜਾਣਾ ਹੈ ਨਾ। ਅਤੇ ਜੇ ਕੋਈ ਤੁਹਾਡੀ ਜਿਹੜੀ ਬੇਟੀ ਆ, ਉਹ ਕਿੱਥੇ ਵਿਆਹੇ ਹੋਏ ਨੇ? ਕਿੰਨੇ ਬੱਚੇ ਤੁਹਾਡੇ ਟੋਟਲ? 8 ਬੱਚੇ ਆ। 8 ਬੱਚੇ ਆ,
ਜਿਵੇਂ ਇਹ ਮੁਹੱਲੇ ਵਾਲੇ ਵੀਰ ਦੱਸਦੇ ਸਾਰੀਆਂ ਭੈਣਾਂ ਦੱਸਦੇ ਵੀ ਇਹਨਾਂ ਨੂੰ ਤਾਂ ਤਿੰਨ ਬੱਚਿਆਂ ਬਾਰੇ ਪਤਾ ਇੱਥੇ ਵੀ ਤੁਹਾਡੇ ਤਿੰਨ ਬੱਚੇ ਆ ਦੋ ਮੁੰਡੇ ਆ ਹਾਂਜੀ ਤਿੰਨ ਕੁੜੀਆਂ ਅੱਛਾ ਦੋ ਮੁੰਡੇ ਤਿੰਨ ਕੁੜੀਆਂ ਮਤਲਬ ਪੰਜਾਬ 'ਚ ਨੇ ਪੰਜ ਬੱਚੇ ਆ ਤੁਹਾਡੇ ਬਾਕੀ ਉਹ ਜੋ ਉਹ ਆਪਣੇ ਠੀਕ ਆ ਜੀ ਯਾਨੀ ਕਿ ਬਾਬਾ ਜੀ ਤੁਹਾਡੇ ਕੋਲ ਕੋਈ ਜਮ੍ਹਾਂ ਪੂੰਜੀ ਕੋਈ ਪੈਸੇ ਕੋਈ ਹੈਗੇ ਆ ਕਿੰਨੇ ਆ ਤਿੰਨ ਚਾਰ ਹਜ਼ਾਰ ਰੁਪਇਆ ਵਾ ਤੁਸੀਂ ਤੁਹਾਡੀ ਜਿਹੜੀ ਰੋਟੀ ਪਾਣੀ ਦਾ ਗੁਜ਼ਰ ਬਸਰ ਆ ਉਹ ਕਿੱਦਾਂ ਹੁੰਦੀ ਹੈ ਜੀ ਉਹ ਫਿਰ ਪੈਸਾ ਲਿਆ ਨਹੀਂ ਹੈਗਾ ਰੋਟੀ ਪਾਣੀ ਕੌਣ ਦਿੰਦਾ ਤੁਹਾਨੂੰ ਹਾਲਾਤ ਖੜੇ ਨੇ ਬਾਬਾ ਜੀ ਜਿਹੜੀ ਹਾਲਾਤ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਬਾਬਾ ਜੀ ਦੇ ਕੱਪੜਿਆਂ ਦੇ ਵਿੱਚ ਨਾਤਿਆਂ ਨੂੰ ਬਾਬਾ ਜੀ ਨੂੰ ਪਤਾ ਨੀ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਦੇ ਤੁਸੀਂ ਹੱਥ ਪੈਰ ਦੇਖ ਸਕਦੇ ਨੌਹਾਂ ਦਾ ਹਾਲ ਦੇਖੋ ਕਿੱਡੇ ਕਿੱਡੇ ਨੌ ਪੈਰਾਂ ਦਾ ਹਾਲ ਪਤਾ ਨੀ ਕਿੰਨੇ ਟਾਈਮ ਤੋਂ ਬਾਬਾ ਜੀ ਨੇ ਕੱਪੜੇ ਨੀ ਬਦਲੇ ਨਹਾਤੇ ਨੀ ਸਿਰ ਦੇ ਕੇਸਾਂ ਦਾ ਹਾਲ ਬਾਬਾ ਜੀ ਦਾ ਯਾਨੀ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੁਹਾਨੂੰ ਵੀ ਬਾਬਾ ਜੀ ਇਸ ਟਾਈਮ ਕਿਹੜੇ ਹਾਲਾਤ ਦੇ ਵਿੱਚ ਜਾਂ ਤਾਂ ਰਾਹ ਪੈ ਜਾਣੀ ਹੈ ਜਾਂ ਬਾਹ ਪੈ ਜਾਣੀ ਹੈ ਯਾਨੀ ਕਿ ਉਦੋਂ ਹੀ ਪਤਾ ਲੱਗਦਾ ਬੰਦਾ ਜਦੋਂ ਆਪ ਇਸ ਹਾਲਾਤ ਨੂੰ ਹੰਢਾਉਂਦਾ ਜਾਂ ਦੇਖਦਾ ਗੋਲਿਆਂ ਫੜ ਕੇ ਨੇੜੇ ਅਤੇ ਅਸੀਂ ਅੱਜ ਸਾਡੀ ਸੰਸਥਾ ਇੱਥੇ ਪਹੁੰਚੀ ਆ ਅਤੇ ਅਸੀਂ ਇਸ ਜਿਹੜਾ ਐਕਸਪੀਰੀਅੰਸ ਅਸੀਂ ਬਾਬਾ ਜੀ ਜਿਹੜੀ ਜ਼ਿੰਦਗੀ ਜਿਉਂ ਰਹੇ ਉਹਦਾ ਅਸੀਂ ਲੈ ਰਹੇ ਹਾਂ ਯਾਨੀ ਕਿ ਬੜੀ ਮਾੜੀ ਹਾਲਤ 'ਚ ਬੜੀ ਯਾਨੀ ਕਿ ਕਹਿ ਸਕਦੇ ਤਰਸਯੋਗ ਹਾਲਤ 'ਚ ਬਾਬਾ ਜੀ ਆਪਦੀ ਜ਼ਿੰਦਗੀ ਕੱਢਦੇ ਆ ਕਹਿਣ ਨੂੰ ਤਾਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠੇ ਤੁਹਾਨੂੰ ਘਰ ਵੀ ਅਸੀਂ ਦਿਖਾਇਆ ਵਾ ਅਤੇ ਨਾ ਲਾਈਟ ਨਾ ਬੱਤੀ ਆ ਨਾ ਪੱਖਾ ਚੱਲਦਾ ਕਮਰੇ ਦੇ ਵਿੱਚ ਬਾਬਾ ਜੀ ਦੇ ਨਾਲ ਬਾਥਰੂਮ ਟੋਇਲਟ ਦਾ ਕੋਈ ਇੰਤਜ਼ਾਮ ਨਹੀਂ ਲੈਟਰਿਨ ਦੇ ਵਿੱਚ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਆ ਬਾਬਾ ਜੀ ਆਪ ਦੱਸਦੇ ਕਿੱਦਾਂ ਕਹਿੰਦੇ ਜੀ ਕੀ ਕਹਿ ਰਹੇ ਹੋ ਤੁਸੀਂ ਪਾਣੀ ਟਿੱਪਣੀ ਨੀ ਕਰਨੀ ਚਾਹੁੰਦੇ ਪਰ ਸਾਰੀਆਂ ਸੰਗਤਾਂ ਆਪ ਹੀ ਦੇਖਦੀਆਂ ਵਾ ਵੀ ਬਾਬਾ ਜੀ ਦੀ ਯਾਨੀ ਕਿ ਅੱਜ ਕੱਲ ਜੇ ਤਾਂ ਬਜ਼ੁਰਗ ਕਮਾਉਂਦੇ ਆ ਜਾਂ ਕੋਈ ਕੰਮ ਕਰਦੇ ਆ ਫਿਰ ਤਾਂ ਬਜ਼ੁਰਗਾਂ ਦੀ ਪੁੱਛ ਪ੍ਰਤੀਤ ਬਹੁਤ ਹੁੰਦੀ ਹੈ ਪਰ ਨਹੀਂ ਆਮ ਤੌਰ ਤੇ ਦੇਖਿਆ ਜਾਂਦਾ ਵੀ ਬਹੁਤ ਘਰਾਂ ਦੇ ਵਿੱਚ ਇੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਆ ਬਾਬਾ ਜੀ ਦੇ ਕੋਲੇ ਯਾਨੀ ਕਿ ਇਸ ਟਾਈਮ ਕਹਿਣ ਲਈ ਕੁਛ ਵੀ ਹੈ ਨਹੀਂ ਬਾਬਾ ਜੀ ਦੇ ਕੋਲੇ ਅਤੇ ਖਾਣ ਲਈ ਅਤੇ ਕਹਿਣ ਲਈ ਕੁਛ ਨਹੀਂ ਹੈਗਾ ਪਰ ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸੇਵਾ ਨਿਭਾਵਾਂਗੇ ਜਿਵੇਂ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਪਤਾ ਸਾਡਾ ਭਰਾ ਜਿਹੜਾ ਵੀਰਿੰਦਰ ਗਰੇਵਾਲ ਜੀ ਗੁਰੂ ਮਹਾਰਾਜ ਦੇ ਚਰਨਾਂ ਜਾਬ ਰਾਜੇ ਉਹਨਾਂ ਨਾਲ ਰਲ ਕੇ ਸਾਰੇ ਭਰਾਵਾਂ ਨੇ ਇਕੱਠੇ ਨੇ ਇਹ ਸੁਪਨਾ ਲਿਆ ਸੀ ਵੀ ਇੱਦਾਂ ਦੇ ਬੰਦਿਆਂ ਦੀ ਮਦਦ ਕਰੀ ਜਾਵੇ ਜਿਹੜੇ ਬਹੁਤ ਹੀ ਮਾੜੀ ਹਾਲਤਾਂ ਦੇ ਵਿੱਚ ਬੈਠੇ ਆ ਜਾਂ ਸੜਕਾਂ ਦੇ ਉੱਤੇ ਪਏ ਅਲਵਾਰੇ ਅਸੀਂ ਉਹਨਾਂ ਨੂੰ ਚੱਕ ਕੇ ਲੈ ਕੇ ਆਉਂਦੇ ਹਾਂ ਸਾਡੇ ਕੋਲ ਉੱਥੇ ਸ਼ੈਲਟਰ ਹੋਮ ਬਣਾਇਆ ਜਿੱਥੇ ਅਸੀਂ ਰੱਖਿਆ ਹੋਇਆ ਇੱਦਾਂ ਦੇ ਭਰਾਵਾਂ ਤੋਂ ਅਤੇ ਬਾਬਾ ਜੀ ਨੂੰ ਵੀ ਅੱਜ ਅਸੀਂ ਲੈ ਕੇ ਚੱਲੇ ਹਾਂ ਸਾਡੀ ਸੰਸਥਾ ਦੀ ਡਿਊਟੀ ਲੱਗੀ ਹੈ ਸੱਚੇ ਪਾਤਸ਼ਾਹ ਨੇ ਲਾਈ ਆ ਅਸੀਂ ਉੱਥੇ ਲਿਜਾ ਕੇ ਬਾਬਾ ਜੀ ਦਾ ਜੋ ਵੀ ਬਣਦਾ ਇਲਾਜ ਆ ਉਹ ਕਰਵਾਵਾਂਗੇ ਅਤੇ ਸਾਡੇ ਭਰਾ ਦਾ ਜਿਹੜਾ ਸੁਪਨਾ ਸਾਡੇ ਨਾਲ ਲਿਆ ਗਿਆ ਹੋਇਆ ਉਹਨੂੰ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਟਾਈਮ ਅਸੀਂ ਇਹੀ ਸੁਪਨਾ ਹੰਢਾਉਂਦੇ ਹਾਂ ਹਰ ਰੋਜ਼ ਅੱਗੇ ਵੀ ਇਹੀ ਕਰਦੇ ਰਹਾਂਗੇ ਸਾਡਾ ਨੰਬਰ ਆ ਜਿਵੇਂ 97803 007 ਨੰਬਰ ਆ ਜੀ ਉਹਦੇ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਬਾਬਾ ਜੀ ਦੇ ਬਾਰੇ ਹੋਰ ਵੀ ਜਾਣਕਾਰੀ ਰੱਖਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਅਤੇ ਬਾਬਾ ਜੀ ਕੋਈ ਹੋਰ ਤੁਸੀਂ ਗੱਲ ਸਾਡੇ ਕੋਲ ਰਹਿਣ ਲਈ ਐਗਰੀ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਸਾਡੇ ਕੋਲ ਜਾਣ 'ਚ ਕਿਉਂਕਿ ਅਸੀਂ ਬਾਬਾ ਜੀ ਪਰਿਵਾਰ ਦੇ ਵਿੱਚੋਂ ਕਦੇ ਬੰਦਾ ਲੈ ਕੇ ਨਹੀਂ ਗਿਆ ਪਹਿਲੀ ਵਾਰੀ ਸਾਡੀ ਸੰਸਥਾ ਇਹ ਅੱਜ ਕੰਮ ਕਰਨ ਲੱਗੇ ਪਰਿਵਾਰਾਂ 'ਚ ਵੀ ਬਹੁਤ ਬੰਦੇ ਦੁਖੀ ਬੈਠੇ ਆ ਤੁਸੀਂ ਵੀ ਬਹੁਤ ਮਾੜੀ ਹਾਲਤ 'ਚ ਬੈਠੇ ਹੋ ਅਸੀਂ ਇਸੇ ਕਰਕੇ ਭੈਣ ਦੇ ਸਾਡੀ ਨੇ ਸੁਖਵਿੰਦਰ ਦੇ ਜਿਹੜੇ ਕਹਿਣ 'ਤੇ ਹਾਂਜੀ ਜਾਂ ਪ੍ਰਿੰਸ ਵੀਰ ਦੇ ਜਿਹੜੇ ਉੱਦਮ ਦੇ ਕਰਕੇ ਅਤੇ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਅੱਜ ਤੁਸੀਂ ਸਾਡੇ ਨਾਲ ਜਾਣ ਨੂੰ ਰੈਡੀ ਹੋ ਨਾ ਤਿਆਰ ਹੋ ਨਾ ਜੀ ਠੀਕ ਹੈ ਜੀ ਚੰਗੀ ਗੱਲ ਹੈ ਕੇਅਰ ਕਰੋਗੇ ਆ ਵੀਰ ਕੀ ਨਾਂ ਜੀ ਤੁਹਾਡਾ ਮੈਂ ਬਜਿੰਦਰਪਾਲ ਭਾਸਕਰ ਨੰਬਰਦਾਰ ਹਾਂ ਨੰਬਰਦਾਰ ਸਰ ਹਾਂਜੀ ਹਾਂ ਕੀ ਨਾਂ ਤੁਹਾਡਾ ਬਜਿੰਦਰਪਾਲ ਭਾਸਕਰ ਬਲਜਿੰਦਰ ਵੀਰ ਤੁਹਾਡਾ ਕੀ ਨਾਂ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਹਾਂਜੀ ਭਾਈ ਜੀ ਬਹਾਦਰ ਸਿੰਘ ਜੀ
ਤੇ ਇਹ ਵੀਰ ਖੜੇ ਨੇ ਵੀਰ ਜੀ ਤੁਹਾਡਾ ਹਰੀਸ਼ ਕੁਮਾਰ ਤੇ ਭੈਣ ਜੀ ਸੁਖਵਿੰਦਰ ਕੌਰ ਨੂੰ ਅਸੀਂ ਪਹਿਲਾਂ ਹੀ ਮਿਲਾ ਚੁੱਕੇ ਹਾਂ ਭੈਣ ਜੀ ਵੀ ਇੱਥੇ ਨੇੜੇ ਹੀ ਰਹਿੰਦੇ ਆ ਅਤੇ ਸਾਡਾ ਪ੍ਰਿੰਸ ਵੀਰ ਨੂੰ ਤਾਂ ਅਸੀਂ ਤੁਹਾਨੂੰ ਮਿਲਾ ਹੀ ਦਿੱਤਾ ਵੀ ਜਾਣੀ ਕਿ ਸਾਰਿਆਂ ਦੇ ਭੈਣ ਜੀ ਅਤੇ ਪ੍ਰਿੰਸ ਦੇ ਉਪਰਾਲੇ ਸਦਕਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਅਤੇ ਆਹ ਸਾਰੇ ਵੀਰਾਂ ਨੇ ਵੀ ਜਿਹੜੇ ਬਹੁਤ ਵਾਰ ਵੀਰ ਖੜੇ ਇਹਨਾਂ ਨੇ ਵੀ ਸਾਡੀ ਸੰਸਥਾ ਦੀ ਸਪੋਰਟ ਕੀਤੀ ਇਸ ਗੱਲ 'ਚ ਵੀ ਅਸੀਂ ਬਾਬਾ ਜੀ ਨੂੰ ਲਿਜਾਣ ਦੇ ਵਿੱਚ ਤੁਹਾਨੂੰ ਹਾਂਜੀ ਬਸ ਚੰਗੀ ਗੱਲ ਕਰਦੇ ਹੋ ਤੁਸੀਂ ਐਡਾ ਉਪਰਾਲਾ ਕਰ ਰਹੇ ਹੋ ਕਿਸੇ ਲਈ ਇਹ ਤਾਂ ਬਹੁਤ ਵਧੀਆ ਇਦੋਂ ਭਲਾਈ ਦਾ ਹੋਰ ਕੰਮ ਕੀ ਹੋ ਸਕਦਾ ਤਾਂ ਜੀ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਹੈ ਜੀ ਸਾਡੇ ਵਰਗੇ ਕਾਦੂਗੀਆਂ ਦੀ ਜਿਹੜੀ ਅਸੀਂ ਸੇਵਾ ਲਾਈ ਹੈ ਸਾਨੂੰ ਚਲੋ ਬਾਬਾ ਜੀ ਦੇ ਚੌਂਕ ਦੇ ਵਿੱਚ ਜਿਹੜੇ ਬਾਬਾ ਜੀ ਪਰਮਾਤਮਾ ਘਰਾਂ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੰਦਰ ਆ ਜੀ ਹਾਂਜੀ ਸਾਹਮਣਾ ਭਗਵਾਨ ਸਾਹਮਣੇ ਮੰਦਰ ਆ ਜੀ ਪਰ ਬਾਬਾ ਜੀ ਦੀ ਹਾਲਤ ਜਿਹੜੀ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਬਹੁਤ ਮਾੜੀ ਆ ਅਤੇ ਅੱਜ ਕੱਲ੍ਹ ਟਾਈਮ ਹੈ ਨਹੀਂ ਮੈਟਰੋ ਕਹਿੰਦੇ ਵੀ ਯੁੱਗ ਇੱਦਾਂ ਦਾ ਵਾ ਬੜੀ ਤੇਜ਼ੀ ਨਾਲ ਚੱਲ ਰਿਹਾ ਯੁੱਗ ਪਰ ਇੰਨੀ ਤੇਜ਼ੀ ਦੇ ਵਿੱਚ ਇੱਦਾਂ ਦੇ ਬਜ਼ੁਰਗ ਵਿਚਾਰੇ ਪਿੱਛੇ ਹੀ ਰਹਿ ਜਾਂਦੇ ਆ ਇਹਨਾਂ ਨੂੰ ਇਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ ਸਾਡੀ ਸੰਸਥਾ ਬਾਹਰ ਹੀ ਪੈਂਦਾ ਘਿਸਰ ਕੇ ਹੀ ਜਾਂਦੇ ਨੇ ਉੱਥੇ ਤੱਕ ਤੁਰਤਾ ਇਹਨਾਂ ਤੋਂ ਹੁੰਦਾ ਨਹੀਂ ਅੱਛਾ ਤੁਰ ਨਹੀਂ ਪੈਂਦਾ ਘਿਸਰ ਕੇ ਹੀ ਇੱਦਾਂ ਹੀ ਇਹਨਾਂ ਨੇ ਉੱਥੇ ਆ ਜਾਣਾ ਇੱਥੇ ਬੈਠ ਕੇ ਉਦੋਂ ਹੀ ਘਿਸਰ ਕੇ ਵੀਰ ਜੀ ਉਹਨੇ ਦੱਸਦੇ ਆ ਨੰਬਰਦਾਰ ਸਾਹਿਬ ਵੀ ਘਿਸੜ ਕੇ ਹੀ ਜਾਂਦੇ ਆ ਉੱਥੇ ਤੀਕਰ ਅਤੇ ਭੈਣ ਜੀ ਨੇ ਜਿਵੇਂ ਦੱਸਿਆ ਵੀ ਬਾਬਾ ਜੀ ਸਿਆਲਾਂ ਦੇ ਵਿੱਚ ਉੱਥੇ ਮੰਜੀ ਡਾਹ ਕੇ ਆ ਚੌਂਕੜੇ ਦੇ ਅਤੇ ਇੱਕ ਸਿੰਗਲ ਕੰਬਲ ਦੇ ਵਿੱਚ ਸਾਰੇ ਸਿਆਲ ਕੱਢੇ ਆ ਬਾਬਾ ਜੀ ਨੇ ਵੀ ਯਾਨੀ ਕਿ ਦਿਨੇ ਇੱਥੇ ਬਾਹਰ ਆ ਜਾਂਦੇ ਰਾਤ ਨੂੰ ਅੰਦਰ ਚਲੇ ਜਾਂਦੇ ਹੋਣ ਅੱਛਾ ਕਈ ਵਾਰੀ ਰਾਤ ਨੂੰ ਵੀ ਬਾਹਰ ਹੁੰਦੇ ਯਾਨੀ ਕਿ ਕਈ ਵਾਰੀ ਰਾਤ ਨੂੰ ਵੀ ਬਾਹਰ ਹੁੰਦੇ ਵੀ ਯਾਨੀ ਕਿ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲੇਟ ਲਾਈ ਆ ਚਲੋ ਜੋ ਮਹਾਰਾਜ ਨੂੰ ਮਨਜ਼ੂਰ ਨਜ਼ਰੀਆ ਜੀ ਵੀ ਕਿਸੇ ਨੂੰ ਆਪਾਂ ਚੰਗੇ ਪਾਸੇ ਲਾਉਣੇ ਆ ਜਾਂ ਚੰਗੇ ਕਿਸੇ ਦੀ ਸੇਵਾ ਕਰਦੇ ਆ ਉਹ ਤੁਹਾਡੇ ਨਜ਼ਰੀਏ ਮੁਤਾਬਕ ਇਹ ਬਹੁਤ ਵੱਡਾ ਅਪਰਾਧ ਹੈ ਬੜੀ ਮਾੜੀ ਹਾਲਤ ਵਿਚਾਰਾ ਰੁੜ ਦਾ ਆਇਆ ਉਹਨੂੰ ਵੀ ਪੈਰਾਲਾਈਜ਼ ਹੋਇਆ ਸੀ ਅਸੀਂ ਉਹਨੂੰ ਢਾਬੇ 'ਚ ਰੱਖ ਲਿਆ ਤੇ ਉਹਦਾ ਪਰਿਵਾਰ ਲੱਭ ਗਿਆ ਅਸੀਂ ਫੇਸਬੁੱਕ ਤੇ ਮੈਂ ਉਹਨੂੰ ਨਵਾ ਕੇ ਇਹਦੀ ਕੋਈ ਇੰਨੀ ਮਾੜੀ ਹਾਲਤ ਸੀਗਾ ਜੀ ਸੱਚੇ ਪਾਤਸ਼ਾਹ ਨੇ ਮੇਰ ਮਨ ਮਿਹਰ ਪਾਈ ਮੈਂ ਉਹਨੂੰ ਨਵਾਉਣਾ ਸ਼ੁਰੂ ਕਰਤਾ ਉੱਥੇ ਨਵਾ ਕੇ ਉਹਨੂੰ ਕੱਪੜੇ ਪਵਾ ਕੇ ਅਸੀਂ ਦੋ ਜਣਿਆਂ ਨੇ ਬਿਠਾ ਲਿਆ ਤਾਂ ਉਹਦੀਆਂ ਫੋਟੋਆਂ ਫੇਸਬੁੱਕ 'ਤੇ ਪਾਤੀਆਂ ਮੈਂ ਆਪਣੇ ਫੇਸ 'ਤੇ ਜਿਹੜੀ ਆਈ ਨੇ ਉੱਥੋਂ ਉਹਦਾ ਪਰਿਵਾਰ ਲੱਭ ਗਿਆ ਉਹਦਾ ਪਰਿਵਾਰ ਆਇਆ ਪਰ ਲੈ ਕੇ ਨਹੀਂ ਗਿਆ ਜਿਹਨੇ ਵੀ ਸਾਹਮਣੇ ਸਾਡੇ ਉਹ ਬੰਦਾ ਸਾਡੇ ਕੋਲ ਰਹਿਣ ਲੱਗ ਗਿਆ ਜੀ ਬਸ ਉੱਥੋਂ ਸੇਵਾ ਸ਼ੁਰੂ ਹੋਈ ਉਸ ਵੀਰ ਦੀਆਂ ਜਿਹੜੀਆਂ ਪੋਸਟਾਂ ਸੀ ਉਹਦੇ ਵਿੱਚ ਹੋਰ ਵੀਰਾਂ ਨੇ ਤੁਹਾਡੇ ਵਰਗਿਆਂ ਨੇ ਕਮੈਂਟ ਕਰਨੇ ਸ਼ੁਰੂ ਕਰਤੇ ਸਾਡੇ ਵੀ ਇੱਥੇ ਬੰਦਾ ਫਿਰਦਾ ਸਾਡੇ ਵੀ ਇੱਦਾਂ ਹੀ ਕਰਦੇ ਕਰਦੇ ਅਸੀਂ ਇੱਕ ਹੋਰ ਬੰਦਾ ਲਏ ਦੋ ਲਏ ਤਿੰਨ ਲਏ ਢਾਬੇ 'ਤੇ ਅਸੀਂ 17-18 ਬੰਦੇ ਰੱਖ ਲਏ ਲਿਆ ਕੇ ਤਾਂ ਉੱਥੇ ਫਿਰ ਢਾਬੇ ਦਾ ਜਿਹੜਾ ਮਾਲਕ ਆ ਜੀ ਉਹਨੂੰ ਪ੍ਰੋਬਲਮ ਆਉਣ ਲੱਗ ਗਈ ਫਿਰ ਕਹਿੰਦਾ ਵੀ ਜਿਹੜੀ ਕਾਸਟ ਤੋਂ ਇੱਦਾਂ ਕਰ ਰਹੇ ਹਾਂ ਤਾਂ ਫਿਰ ਅਸੀਂ ਸਾਡਾ ਭਰਾ ਵੀਰਿੰਦਰ ਗਰੇਵਾਲਾ ਪ੍ਰੈਸੀਡੈਂਟ ਹੋ ਗਿਆ ਜੀ 16 ਤਰੀਕ ਨੂੰ ਅੱਜ ਇੱਕ ਮਹੀਨਾ ਇੱਕ ਦਿਨ ਹੋ ਗਿਆ ਅਤੇ ਉਹਦੀ ਸੀਟ ਦੇ ਵਿੱਚ ਜਗ੍ਹਾ ਦਿੱਤੀ ਉੱਥੇ ਉਹਦੇ ਫਾਦਰ ਸਾਹਿਬ ਨੇ ਪਿੰਡਰ ਸਿੰਘ ਗਰੇਵਾਲ ਨੇ ਅੰਦਰ ਉੱਥੇ ਸ਼ੈਲਟਰ ਰੂਮ ਬਣਾਇਆ ਹੋਇਆ ਉੱਥੇ ਅਸੀਂ 40 ਦੇ ਕਰੀਬ ਬੰਦੇ ਰੱਖੇ ਹੋਏ ਆ ਅਤੇ 30 ਦੇ ਕਰੀਬ ਬੰਦੇ ਅਸੀਂ ਪਰਿਵਾਰਾਂ 'ਚ ਪਹੁੰਚਾਤੇ ਆ ਹੁਣ ਤੱਕ ਜਿਹਨਾਂ ਦੇ ਘਰ ਲੱਭ ਗਏ ਅਸੀਂ ਸਿਰਫ ਉਹੀ ਬੰਦਿਆਂ ਨੂੰ ਚੱਕ ਰਹੇ ਜਿਹੜੇ ਸੜਕਾਂ 'ਤੇ ਪਏ ਆ ਮਾੜੀ ਹਾਲਤ ਜਿਹੜੇ ਬਹੁਤ ਹੀ ਮਾੜੀ ਹਾਲਤ ਯਾਨੀ ਕਿ ਲਵਾਰਸ ਵੀ ਬਹੁਤ ਕਰਦੇ ਆ ਇੰਨੀ ਗਰਮੀ ਦੇ ਵਿੱਚ ਇੱਥੇ ਬਿਨਾਂ ਪੱਖੇ ਤੋਂ ਬੈਠਣਾ ਇਹ ਬਹੁਤ ਵੱਡਾ ਉਪਰਾਲਾ ਤੁਹਾਡਾ ਨਹੀਂ ਇਹ ਬਾਬਾ ਜੀ ਬਾਰੇ ਸਾਨੂੰ ਦੱਸਿਆ ਜਦੋਂ ਭੈਣ ਜੀ ਨੇ ਅਸੀਂ ਡਿਊਟੀ ਲਾਈ ਵੀ ਇਹਨੇ ਆ ਕੇ ਪਤਾ ਕੀਤਾ ਤਾਂ ਅਸੀਂ ਤਾਂ ਹੀ ਪਹੁੰਚਿਆ ਵੀ ਬਾਬਾ ਜੀ ਦੀ ਹਾਲਤ ਹੈ ਜਿਹੜੀ ਵੀ ਲਵਾਰਸਾਂ ਨਾਲੋਂ ਘੱਟ ਹੈ ਤਰਸਯੋਗ ਹੈ ਜੀ ਖਾਣ ਹੋਣ ਨਾਲ ਘਰ ਨਹੀਂ ਹੋ ਜਾਂਦਾ ਜਿਹੜੇ ਘਰ ਦੇ ਵਿੱਚ ਨਾ ਟੋਇਲਟ ਨਾ ਪਾਣੀ ਦੇਖੋ ਇਹਦੇ ਮੁੰਡੇ ਨੂੰ ਉੱਥੇ 2 ਲੱਖ ਰੁਪਇਆ ਇੱਕ ਵਾਰ ਕਿਉਂਕਿ ਦੇਖੋ ਇਹਨਾਂ ਨੂੰ ਚਲੋ ਫੈਮਿਲੀ ਵਾਸ ਨਹੀਂ ਮਿਲਿਆ ਸੀ ਬਾਅਦ 'ਚ ਗੱਲ ਕਰਦੇ ਉਹ ਬਜ਼ੁਰਗ ਉਹਨਾਂ ਨੇ ਕੋਈ ਇਹਦਾ ਕੇਅਰ ਨਹੀਂ ਕੀਤੀ ਮੁੰਡਾ ਹੀ ਲੈ ਗਿਆ ਉਸ ਘਰ ਮੈਂ ਇਹ ਦੇਖਦੀ ਸੀ ਵੀ ਸਾਡੇ ਘਰ ਪਾਪਾ ਜੀ ਨੇ ਬਜ਼ੁਰਗ ਸਾਡੇ ਕੋਲ ਨੇ ਵੀ ਉਹਨਾਂ ਨੂੰ ਕਿੰਨਾ ਅਸੀਂ ਸੰਭਾਲਦੇ ਹਾਂ ਫਿਰ ਵੀ ਉਹ ਕਿੰਨੇ ਔਖੇ ਰਹਿੰਦੇ ਨੇ ਤੁਸੀਂ ਆਹ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਅਸੀਂ ਹਰ ਦਮ ਉਹਨਾਂ ਦਾ ਧਿਆਨ ਰੱਖਦੇ ਹਾਂ ਵੀ ਇਹਨਾਂ ਦਾ ਤਾਂ ਕੋਈ ਵੀ ਨਹੀਂ ਧਿਆਨ ਰੱਖਦਾ ਇਹਨਾਂ ਦਾ ਕੀ ਹਾਲ ਸਕਦੇ ਹੋ ਭੈਣ ਜੀ ਉਹਨਾਂ ਨੇ ਵਿਚਾਰਾ ਜਿੰਨੇ ਇੱਥੇ ਵੀਰ ਭੈਣ ਖੜੇ ਆ ਸਾਰਿਆਂ ਨੇ ਇਸ ਚੀਜ਼ ਦੀ ਉਹ ਕੀਤੀ ਆ ਵੀ ਬਾਬਾ ਜੀ ਵਾਕਈ ਬਹੁਤ ਜ਼ਿਆਦਾ ਦੁਖੀ ਆ ਬਹੁਤ ਹੀ ਮਾੜੀ ਹਾਲਤ 'ਚ ਰਹਿ ਰਹੇ ਆ ਅਸੀਂ ਇਹ ਕਰਕੇ ਵੀਰਾਂ ਭੈਣਾਂ ਨੂੰ ਹੋਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਕਦੇ ਵੀ ਕੋਈ ਇੱਦਾਂ ਦਾ ਬੰਦਾ ਜਿਹੜਾ ਖਾਸ ਹਾਲਤ 'ਚ ਮਿਲਦਾ ਉਹਦੀ ਮਦਦ ਜ਼ਰੂਰ ਕਰਿਆ ਕਰੋ ਜਿਵੇਂ ਭੈਣ ਨੇ ਕੀਤੀ ਆ ਪ੍ਰਿੰਸ ਵੀਰ ਆਇਆ ਜਿਵੇਂ ਇਹ ਨੰਬਰਦਾਰ ਸਾਹਿਬ ਦੱਸਦੇ ਨੇ ਉਹਨਾਂ ਦੀ ਹੈਲਪ ਜ਼ਰੂਰ ਜਿੰਨੀ ਕਰ ਸਕਦੇ ਹੋ ਜੀ ਆਪਾਂ ਸਾਰੇ ਬੰਦੇ 10-10 ਰੁਪਏ ਵੀ ਦੇ ਦਈਏ ਨਾ ਬਾਕੀ ਇਹਨਾਂ ਬੰਦੇ ਦੀ ਜ਼ਿੰਦਗੀ ਮਿਸਤਰੀ ਜੀ ਨੂੰ ਪੁੱਛੋ 100 ਬੰਦਾ ਲੰਘਦਾ ਹੋਣਾ
ਹਰ ਬੰਦੇ ਨਾਲ ਆਰਾਮ ਰਵੱਈਆ ਕਰਦੇ ਜਿਹਨੂੰ ਜਾਣਦੇ ਨੇ ਬੁਲਾਉਣਾ ਇਹਨਾਂ ਨੇ ਹੋਰ ਜੀ ਕੀ ਹਾਲ ਆ ਹੋਰ ਜੀ ਠੀਕ ਠਾਕ ਹੋ ਬਾਬਾ ਜੀ ਹੁਣ ਸਾਰਾ ਦਿਨ ਉੱਥੇ ਆਰਾਮ ਰਵੱਈਆ ਹੋਣਾ ਗੁਰਦੁਆਰ ਕੇ ਭਾਅ ਉੱਥੇ ਬਹੁਤ ਆ ਸਾਡੇ ਠੀਕ ਆ ਸਾਡੇ ਕੋਲੇ ਬੈਠੇ ਨੇ ਉੱਥੇ ਤੁਹਾਡਾ ਮਨ ਐ ਲੱਗਿਆ ਕਰੂ ਖੁਸ਼ ਰਹਿਣਾ ਕੇਸਰ ਸਿੰਘ ਵਰਗੇ ਉੱਥੇ ਰੰਗੀਲੇ ਬੰਦੇ ਸਾਡੇ ਕੋਲੇ ਤੁਹਾਨੂੰ ਗਾਣੇ ਸੁਣਾਇਆ ਕਰਨਗੇ ਹੁਣ ਸੱਚੇ ਪਾਤਸ਼ਾਹ ਮਿਹਰ ਕਰਨ ਤੁਸੀਂ ਕਾਇਮ ਹੋ ਜਾਓ ਤੁਰਨ ਲੱਗ ਜਾਓ ਇੱਥੇ ਆਪਾਂ ਗੇੜਾ ਕੱਢ ਕੇ ਜਾਵਾਂਗੇ ਪਰ ਮਾੜਾ ਜੀ ਤੁਹਾਡੀ ਉਮਰ ਬਖਸ਼ਣ ਸਾਨੂੰ ਸੇਵਾ ਬਖਸ਼ਣ ਸਾਲ 2 ਸਾਲ 5 ਸਾਲ 10 ਸਾਲ ਅਸੀਂ ਕਹਿੰਦੇ ਤੁਹਾਡੀ ਉਮਰ ਲੰਬੀ ਹੋਵੇ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਇੰਨੀ ਅਸੀਂ ਬੇਨਤੀਆਂ ਕਰਨੀਆਂ ਸੀ ਵੀਡੀਓ ਸਾਡੀ ਕਾਫੀ ਲੰਬੀ ਹੋ ਗਈ ਆ ਸਾਡਾ ਨੰਬਰ 97803000 ਸੰਸਥਾ ਦਾ ਜਿਵੇਂ ਤੁਸੀਂ ਸਾਰੇ ਵੀਰ ਭੈਣ ਜਾਣਦੇ ਹੋ ਤਾਂ ਜ਼ਰੂਰ ਇਹਦੇ ਬਾਰੇ ਸੰਪਰਕ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਬੰਦੇ ਅਵੇਅਰ ਹੋਣ ਜਾਂ ਹੋਰ ਬਾਬਾ ਜੀ ਵਰਗੇ ਮਾੜੇ ਹਾਲਾਤਾਂ 'ਚ ਬੈਠੇ ਬੰਦਿਆਂ ਨੂੰ ਸਹੀ ਸਪੋਰਟ ਕੀਤੀ ਜਾਵੇ ਬਚਾਇਆ ਜਾ ਸਕੇ ਉਹਨਾਂ ਦੀ ਮਦਦ ਲੋਕ ਕਰ ਸਕਣ ਜਾਂ ਸਾਡੀ ਸੰਸਥਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਠੋਗੇ ਫਿਰ ਬਾਬਾ ਬਜ਼ੁਰਗੋ ਚਲੋ ਫੋਨ ਲੈ ਕੇ ਜਾਂਦੇ ਗੱਡੀ ਲਾਓ ਕਾਕਾ ਬੈਕ ਕਰਕੇ